ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਬਸੰਤ ਪੰਚਮੀ ਦੇ ਮੌਕੇ 'ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਅਤੇ 11 ਆ। ਉਸ ਮੇਲੇ ਦੇ ਵਿੱਚ ਅੰਮ੍ਰਿਤ ਮਾਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪਹੁੰਚ ਰਿਹਾ। ਜਿਹੜਾ ਅੰਮ੍ਰਿਤ ਮਾਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਆਏ ਹਾਂ। ਸਾਡਾ ਜਿਹੜਾ ਮੁੱਦਾ ਹੈ ਸਹੀ ਮਾਇਨੇ 'ਚ ਉਹ ਇਹ ਹੈ ਕਿ ਇਸ ਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਆ ਔਰ 1999 ਦੇ ਵਿੱਚ ਜਾਅਲੀ ਸਰਟੀਫਿਕੇਟ ਬਣਾ ਕੇ ਮਜ਼੍ਹਬੀ ਸਿੱਖ ਪਰਿਵਾਰ ਦਾ ਉਹਨਾਂ ਨੇ ਨੌਕਰੀ ਲਿੱਤੀ ਔਰ ਡਿਊਟੀ ਦੇ ਵਿੱਚ ਮੈਥ ਦੇ ਉਹ ਟੀਚਰ ਬਣ ਕੇ ਰਹੇ ਆ। ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ। ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਆ ਔਰ ਜਿਹੜਾ ਹੱਕ ਸਾਡੇ ਇੱਕ ਪਰਿਵਾਰ ਦਾ ਸੀਗਾ ਉਹ ਹੱਕ ਜਿਹੜਾ ਅੰਮ੍ਰਿਤ ਸਿੰਘ ਮਾਨ ਦਾ ਫਾਦਰ ਹੈ ਉਹਨੇ ਸਾਡੇ ਉਸ ਪਰਿਵਾਰ ਦਾ ਸਾਡੇ ਉਹਦੇ ਨਾਲ ਅਧਿਕਾਰਾਂ 'ਤੇ ਡਾਕਾ ਮਾਰਿਆ ਔਰ ਇਸੇ ਕਰਕੇ ਅਸੀਂ ਉਹਦਾ ਵਿਰੋਧ ਕਰਨਾ ਚਾਹੁੰਦੇ ਹਾਂ ਕਿ ਜਦੋਂ ਦੀ ਉਹਦੇ ਵਿਭਾਗ ਦੇ ਵਿੱਚ ਇਸ ਦੀ ਕੰਪਲੇਂਟ ਕੀਤੀ ਗਈ ਪ੍ਰੋਫੈਸਰ ਹਰਨੇਕ ਸਿੰਘ ਜੀ ਵੱਲੋਂ, ਅਵਤਾਰ ਸਿੰਘ ਜੀ ਸਹੋਤਾ ਵੱਲੋਂ, ਪ੍ਰਿੰਸੀਪਲ ਸਰਬਜੀਤ ਜੀ ਵੱਲੋਂ, ਪਰ ਲੇਕਿਨ ਉਹ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਜਿਹੜੀ ਉਹਦੀ ਕੰਪਲੇਂਟ ਦਰਜ ਹੋਈ ਹੈ ਉਹ ਕਿਸੇ ਵੀ ਕੰਪਲੇਂਟ ਦੇ ਵਿੱਚ ਜਿੰਨੀ ਵਾਰ ਵੀ ਉਹਨੂੰ ਬੁਲਾਇਆ ਗਿਆ ਉਹ ਕਿਸ ਦੇ ਵਿੱਚ ਹਾਜ਼ਰ ਨਹੀਂ ਹੋਇਆ। ਔਰ ਹਾਜ਼ਰ ਨਾ ਹੋਣ ਤੋਂ ਬਾਅਦ ਸਰਕਾਰ ਦੀ ਨਲੈਕੀ ਇਹ ਰਹੀ ਕਿ ਜਿੱਥੇ ਉਹਦਾ ਪਾਸਪੋਰਟ ਜ਼ਬਤ ਕਰਨਾ ਸੀਗਾ ਨਾ ਤਾਂ ਉਹਦਾ ਪਾਸਪੋਰਟ ਜ਼ਬਤ ਕੀਤਾ ਬਲਕਿ ਉਹਨੂੰ ਵਿਦੇਸ਼ 'ਚ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ। ਅੱਜ ਉਹ ਵਿਦੇਸ਼ 'ਚ ਬੈਠਾ ਪਰ ਲੇਕਿਨ ਉਹਦਾ ਜਿਹੜਾ ਬੇਟਾ ਆ ਅੰਮ੍ਰਿਤ ਮਾਨ ਉਹ ਸਾਡੇ ਫਿਰੋਜ਼ਪੁਰ ਦੇ ਵਿੱਚ ਆ ਰਿਹਾ ਔਰ ਕੋਰ ਕਮੇਟੀ ਦਾ ਮੈਂਬਰ ਹੋਣ ਦੇ ਕਾਰਨ ਇਸ ਕਰਕੇ ਮੈਂ ਉਹਦਾ ਵਿਰੋਧ ਕਰਦਾ ਔਰ ਜਿੰਨੇ ਵੀ ਫਿਰੋਜ਼ਪੁਰ ਦੇ ਵਿੱਚ ਸਾਡੇ ਵਾਲਮੀਕਿ ਮਜ਼੍ਹਬੀ ਸਿੱਖ ਭਾਈਚਾਰੇ ਦੇ ਸੰਗਠਨ ਹੈ ਉਹ ਅੱਜ ਸਾਰੇ ਹੀ ਤੁਹਾਡੇ ਕੋਲ ਬੇਨਤੀ ਲੈ ਕੇ ਆਏ ਆ, ਪ੍ਰੈਸ ਕਲੱਬ ਕੋਲ ਵੀ, ਕੱਲ੍ਹ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਆ, ਇਸ ਤੋਂ ਪਹਿਲਾਂ ਦਈਆ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਫਿਰੋਜ਼ਪੁਰ ਦਾ ਮਾਹੌਲ ਹੈ ਬੜੇ ਸਾਲਾਂ ਬਾਅਦ ਜਾਂ ਇੱਕ ਲੰਬੇ ਸਮੇਂ ਬਾਅਦ ਇੱਕ ਖੁਸ਼ੀ ਦੀ ਲਹਿਰ ਆਈ ਸੀਗੀ ਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਦੀ ਪੂਰੇ ਫਿਰੋਜ਼ਪੁਰ ਨੂੰ ਮੁਬਾਰਕਾਂ ਵੀ ਆ। ਪਰ ਲੇਕਿਨ ਸਾਡੇ ਉੱਥੇ ਦੁੱਖ ਵੀ ਉਹਦੇ ਨਾਲ ਖੜ੍ਹਾ ਆ ਕਿ ਸਾਡੇ ਜ਼ਿਲ੍ਹੇ ਦੇ ਉੱਤੇ ਨਮਕ ਸਿੱਟਿਆ ਜਾ ਰਿਹਾ ਕਿ ਅੰਮ੍ਰਿਤ ਮਾਨ ਨੂੰ ਇੱਥੋਂ ਬੁਲਾ ਕੇ। ਅਸੀਂ ਡੀ ਸੀ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਇਹਦੀ ਜਗ੍ਹਾ ਹਜੇ 11 ਤਰੀਕ ਨੂੰ ਉਹਨੇ ਆਉਣਾ ਹੈ ਅਤੇ ਹਜੇ ਦਿਨ ਬੜੇ ਵਿੱਚ ਪਏ ਨੇ, ਇਹਦੀ ਜਗ੍ਹਾ ਕੋਈ ਹੋਰ ਸਿੰਗਰ ਬੁਲਾਇਆ ਜਾਵੇ ਤਾਂ ਕਿ ਅਸੀਂ ਵੀ ਇਸ ਬਸੰਤ ਪੰਚਮੀ ਦੇ ਵਿੱਚ ਖੁਸ਼ੀਆਂ ਦੇ ਨਾਲ ਪਹੁੰਚੀਏ ਨਾ ਕਿ ਅਸੀਂ ਆਪਣੇ ਦੁੱਖ ਨੂੰ ਲੈ ਕੇ ਉਹਦਾ ਕੋਈ ਵਿਰੋਧ ਕਰੀਏ। ਧੰਨਵਾਦ। ਜੈ ਭੀਮ ਜੈ ਭਾਰਤ ਜੀ। ਅਗਰ ਉਹ ਆਉਂਦਾ ਤਾਂ ਕੀ ਵਿਰੋਧ ਹੋਵੇਗਾ? ਉਹਦੇ ਆਉਣ 'ਤੇ ਜੀ ਅਸੀਂ ਆਪਣਾ ਕੋਰ ਕਮੇਟੀ ਜਿਹੜੀ ਸਾਡੀ ਹੈਗੀ ਆ ਉਹਦੇ ਨਾਲ ਵੀ ਡਿਸਕਸ ਚੱਲਦੀ ਪਈ ਆ। ਜਿੰਨੇ ਹੀ ਸਾਡੇ ਤੋਂ ਭਾਵਾਦਾਸ ਤੋਂ ਪਿੱਪਲ ਸੋਤਲਾ ਜੀ ਬੈਠੇ ਆ, ਰਾਵਣ ਸੈਨਾ ਤੋਂ ਸਾਡੇ ਦੀਪ ਜੀ ਬੈਠੇ ਆ, ਡਾਕਟਰ ਅੰਬੇਦਕਰ ਸੰਗਠਨ ਤੋਂ ਸਾਡੇ ਮੌਂਟੂ ਜੀ ਬੈਠੇ, ਪਿੱਛੇ ਮਾਨਕ ਜੀ ਬੈਠੇ ਆ, ਮੁਕੇਸ਼ ਮੇਘਨਾਥ ਜੀ ਬੈਠੇ, ਸਾਰੇ ਸੰਗਠਨਾਂ ਨਾਲ ਗੱਲ ਚੱਲਦੀ ਪਈ ਆ। ਔਰ ਜਿਹੜੀ ਸਾਡੀ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਪੂਰੇ ਪੰਜਾਬ ਦੀ ਟੀਮ ਹੈ ਉਹਨਾਂ ਨਾਲ ਵੀ ਗੱਲ ਚੱਲਦੀ ਪਈ ਹੈ। ਪਰ ਡੀ ਸੀ ਸਾਹਿਬ ਨੇ ਸਾਨੂੰ ਇੱਕ ਸੰਤੁਸ਼ਟੀ ਦਿੱਤੀ ਸੀਗੀ ਕੱਲ੍ਹ ਕਿ ਮੈਂ ਇੱਕ ਅੱਧੇ ਦਿਨ 'ਚ ਤੁਹਾਡੀ ਇਸ ਜਿਹੜੀ ਤੁਹਾਡਾ ਮੰਗ ਪੱਤਰ ਇਹਨੂੰ ਧਿਆਨ 'ਚ ਰੱਖਦੇ ਹੋਏ ਅਤੇ ਮੈਂ ਇੱਕ ਅੱਧੇ ਦਿਨ ਬਾਅਦ ਤੁਹਾਨੂੰ ਦੱਸੂੰਗਾ ਕਿ ਕੋਸ਼ਿਸ਼ ਤਾਂ ਹੋਊਗੀ ਕਿ ਤੁਹਾਡੀ ਇਸ ਮੰਗ ਨੂੰ ਖਿਆਲ ਰੱਖਿਆ ਜਾਵੇ। ਪਰ ਲੇਕਿਨ ਹਜੇ ਤੀਕਰ ਡੀ ਸੀ ਸਾਹਿਬ ਵੱਲੋਂ ਸਾਨੂੰ ਕੋਈ ਰਿਸਪੋਂਸ ਮਿਲਿਆ ਨਹੀਂ ਹੈ ਅਤੇ ਜੇ ਸਾਨੂੰ ਕੋਈ ਰਿਸਪੋਂਸ ਨਹੀਂ ਮਿਲਦਾ ਜੋ ਸਾਡੀ ਪੰਜਾਬ ਦੀ ਟੀਮ
ਅਤੇ ਜਿਹੜੇ ਸਾਡੇ ਫਿਰੋਜ਼ਪੁਰ ਦੇ ਵਾਲਮੀਕਿ ਮਜ਼੍ਹਬੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਸਾਡੇ ਸੰਗਠਨ ਹੈ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਏਗੀ, ਮੀਟਿੰਗ ਤੋਂ ਬਾਅਦ ਜੋ ਡਿਸੀਜਨ ਲਿੱਤਾ ਜਾਏਗਾ ਅਸੀਂ ਪੂਰੀ ਉਸ ਦੇ ਉੱਤੇ ਪਹਿਰਾ ਦੇਵਾਂਗੇ। ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਦਾਸ ਤੋਂ। ਤੋ ਕੱਲ੍ਹ ਵੀ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ, ਇਹ ਜਿਹੜਾ ਅੰਮ੍ਰਿਤ ਮਾਨ ਆ ਰਿਹਾ ਇਹਦਾ ਪਿਤਾ ਨੇ ਫਰੋਡ ਕੀਤਾ, ਸਾਡੇ ਐਸੀ ਸਮਾਜ ਨਾਲ ਫਰੋਡ ਕਰਕੇ ਫੋਰਮ ਚਲਾ ਗਿਆ, ਅਤੇ ਅਸੀਂ ਚਾਹੁੰਦੇ ਹਾਂ ਵੀ ਅੰਮ੍ਰਿਤ ਮਾਨ ਇੱਥੇ ਨਾ ਪਹੁੰਚੇ, ਅਗਰ ਜੇ ਪਹੁੰਚੇਗਾ ਅਸੀਂ ਖੁੱਲ੍ਹ ਕੇ ਡੱਟ ਕੇ ਵਿਰੋਧ ਕਰਾਂਗੇ। ਅਤੇ ਮਤਲਬ ਕਿ ਜਿੰਨਾ ਵੀ ਸਾਡੀਆਂ ਟੀਮਾਂ ਬੈਠੀਆਂ ਹੋਈਆਂ ਨੇ, ਅਸੀਂ ਫਿਰ ਵੀ ਮੀਟਿੰਗ ਹੋ ਰਹੀ ਹੈ ਵੀ ਅਸੀਂ ਸੜਕਾਂ 'ਤੇ ਜਾਂ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਾ ਇਹਦਾ, ਜਾਂ ਅਸੀਂ ਮਤਲਬ ਕਿ ਸੜਕਾਂ ਨੂੰ ਜਾਮ ਕਰਾਂਗੇ। ਅਸੀਂ ਡੀ ਸੀ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਮਤਲਬ ਕਿ ਜਿਹੜਾ ਅੰਮ੍ਰਿਤ ਮਾਨ ਇੱਥੇ ਨਾ ਬੁਲਾਇਆ ਜਾਵੇ, ਕਿਉਂਕਿ ਬਸੰਤ ਪੰਚਮੀ ਦੇ ਵਿੱਚ ਕੋਈ ਹੋਰ ਵੀ ਸਿੰਗਰ ਆ ਸਕਦਾ, ਜ਼ਰੂਰੀ ਨਹੀਂ ਵੀ ਅੰਮ੍ਰਿਤ ਮਾਨ ਹੀ ਪੰਜਾਬ ਦਾ ਸਿੰਗਰ ਹੈ। ਕਿਉਂ ਵਿਰੋਧ ਕਿਉਂ ਕੀਤਾ ਜਾ ਰਿਹਾ? ਵਿਰੋਧ ਇਸੇ ਕਰਕੇ ਕੀਤਾ ਜਾ ਰਿਹਾ ਜੀ, ਇਹਨਾਂ ਦੇ ਪਿਤਾ ਨੇ ਐਸੀ ਸਰਟੀਫਿਕੇਟ ਲਾ ਕੇ ਨੌਕਰੀ ਕੀਤੀ, ਉਹੀ ਪੈਸਾ ਜਿਹੜਾ ਅਸੀਂ ਪਾਲਣ ਪੋਸ਼ਣ ਅੰਮ੍ਰਿਤ ਮਾਨ ਦਾ ਵੀ ਹੋਇਆ, ਤਾਂ ਤੁਹਾਨੂੰ ਪਤਾ ਹੀ ਵੀ ਜੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਪੁੱਤਰ ਹੀ ਹੁੰਦਾ, ਤਾਂ ਇਸੇ ਕਰਕੇ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਜੀ ਵੀ ਪੁੱਤਰ ਹੀ ਹੁਣ ਜ਼ਿੰਮੇਵਾਰ ਹੈ। ਕੋਈ ਕਾਨੂੰਨੀ ਕਾਰਵਾਈ ਚੱਲਦੀ ਹੈ? ਹਾਂਜੀ ਬਿਲਕੁਲ ਜੀ, ਕਾਨੂੰਨੀ ਕਾਰਵਾਈ ਸਾਡਾ ਚੋਰ ਫੜੋ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜਿਹੜਾ ਮੋਹਾਲੀ 'ਚ ਲੱਗਾ ਸੀ, ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਇਹਨਾਂ 'ਤੇ ਕੀਤੀ ਜਾ ਰਹੀ ਹੈ, ਕਿਉਂਕਿ ਇਹ ਉਹਦੇ ਵਿੱਚ ਸ਼ਾਮਿਲ ਹੀ ਹੋਏ ਇਨਕੁਆਇਰੀ ਵਿੱਚ ਇਹਦਾ ਪਿਤਾ। ਕਿੱਥੇ ਗਈ? ਉਹ ਫੋਰਮ ਭੱਜ ਗਿਆ ਜੀ, ਤਾਂ ਇਸ ਕਰਕੇ ਮਤਲਬ ਅਸੀਂ ਇਹ ਵਿਰੋਧ ਕਰਦੇ ਹਾਂ ਵੀ ਇਹ ਅੰਮ੍ਰਿਤ ਮਾਨ ਇੱਥੇ ਨਾ ਆਵੇ, ਤਾਂ ਡੀ ਸੀ ਸਾਹਿਬ ਅੱਗੇ ਵਾਰ ਵਾਰ ਫਿਰ ਬੇਨਤੀ ਕਰਦੇ ਹਾਂ ਵੀ ਇਹ ਹੁਣ ਨਾ ਹੀ ਆਵੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਦੋ ਅਪ੍ਰੈਲ ਵਾਲਾ ਤੁਹਾਨੂੰ ਪਤਾ ਹੀ ਹੈ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਸੀ। ਮੈਂ ਦੀਪ ਦਰਸ਼ਨ ਰਾਵਣ ਸੈਨਾ ਮਿਸ਼ਨ ਅੰਬੇਡਕਰ ਤੋਂ। ਸਾਡੀ ਮੰਗ ਇਹੀ ਹੈ ਵੀ ਜੋ ਸਾਡੇ ਹੱਕਾਂ 'ਤੇ ਡਾਕਾ ਜਿਹੜਾ ਵੱਜਾ, ਜੋ ਅੰਮ੍ਰਿਤ ਮਾਨ ਜੋ ਸਿੰਗਰ ਹੈ ਜਿਸਦੇ ਪਿਤਾ ਨੇ ਫਰਜ਼ੀ ਐਸੀ ਸਰਟੀਫਿਕੇਟ ਬਣਵਾ ਕੇ ਨੌਕਰੀ ਲਿੱਤੀ ਅਤੇ ਉਸੇ ਪੈਸਿਆਂ ਦੇ ਨਾਲ ਇਸਦੀ ਪਾਲਣ ਪੋਸ਼ਣ ਹੋਈ ਹੈ ਅੰਮ੍ਰਿਤ ਮਾਨ ਦੀ, ਅਤੇ ਉਹ ਪੈਸਾ ਸਾਡੇ ਸਮਾਜ ਦਾ ਸੀ, ਅਤੇ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਵੀ ਜਿਹੜਾ ਅੰਮ੍ਰਿਤ ਮਾਨ ਹੈ ਫਿਰੋਜ਼ਪੁਰ ਦੇ ਵਿੱਚ ਬਸੰਤ ਮੇਲੇ ਵਿੱਚ ਪਹੁੰਚ ਰਿਹਾ, ਅਤੇ ਇਸ ਨੂੰ ਇੱਥੇ ਨਾ ਬੁਲਾਇਆ ਜਾਵੇ। ਜੇ ਅੰਮ੍ਰਿਤ ਮਾਨ ਜਿਹੜਾ ਸਿੰਗਰ ਹੈ ਜੇ ਇੱਥੇ ਫਿਰੋਜ਼ਪੁਰ ਦੇ ਵਿੱਚ ਪਹੁੰਚਦਾ, ਅਤੇ ਅਸੀਂ ਪ੍ਰਸ਼ਾਸਨ ਨੂੰ ਕੱਲ੍ਹ ਵੀ ਬੇਨਤੀ ਕੀਤੀ ਹੈ, ਡੀ ਸੀ ਸਾਹਿਬ ਨੂੰ, ਦਈਆ ਸਾਹਿਬ ਨੂੰ ਵੀ, ਅਤੇ ਅਸੀਂ ਇਹੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਜੇ ਇਹ ਇੱਥੇ ਆਏਗਾ ਤਾਂ ਹੋ ਸਕਦਾ ਫਿਰੋਜ਼ਪੁਰ ਦਾ ਮਾਹੌਲ ਖਰਾਬ ਹੋਵੇ, ਕਿਉਂਕਿ ਸਾਨੂੰ ਸੜਕਾਂ ਘੇਰਨੀਆਂ ਪੈਣ, ਰੋਡ ਘੇਰਨੇ ਪੈਣ, ਵੀ ਸਾਨੂੰ ਇਹਨੂੰ ਅੰਦਰ ਨਾ ਹੀ ਜਾਣ ਦਿੱਤਾ ਜਾਵੇ। ਅਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਆਪਣਾ ਸ਼ਹਿਰ ਹੈ, ਸਾਡਾ ਆਪਣੇ ਲੋਕ ਨੇ, ਵੀ ਅਸੀਂ ਖੁਸ਼ੀਆਂ ਵਿੱਚ ਆਪਣੀ ਖੁਸ਼ੀਆਂ ਨੂੰ ਵੀ ਇਸਦੇ ਵਿੱਚ ਖਰਾਬ ਕਰੀਏ, ਕਿਉਂਕਿ ਸਾਡੀ ਵੀ ਖੁਸ਼ੀਆਂ ਬਸੰਤ ਨਾਲ ਜੁੜੀਆਂ ਹੋਈਆਂ। ਪਰ ਜੇ ਫਿਰ ਵੀ ਇਹ ਆਉਂਦਾ ਅੰਮ੍ਰਿਤ ਮਾਨ, ਫਿਰ ਇਹਦਾ ਖੁੱਲ੍ਹ ਕੇ ਵਿਰੋਧ ਹੋਊਗਾ, ਜਿਹਦਾ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ, ਫਿਰੋਜ਼ਪੁਰ ਪ੍ਰਸ਼ਾਸਨ ਹੋਊਗਾ ਜੀ।